ਬਾਈ ਜੀ ਤੁਸੀਂ ਮੈਂ ਦੇਖਿਆ ਕਿ ਪ੍ਰਭਾਵਿਤ ਵੀ ਕਾਫੀ ਹੋਏ ਹੋ, ਆਹ ਕਿੱਥੋਂ ਲਿਆਏ? ਇਹ ਬਾਈ ਜੀ ਮੈਂ ਅੱਗੇ ਗਿਆ ਹੋਇਆ ਸੀ, ਅੰਦੋਲਨ ਚ ਅੱਗੇ ਗਿਆ ਸੀਗਾ, ਮੈਂ ਘਰੋਂ ਅੰਦੋਲਨ ਲੜਨ ਲਈ ਆਇਆ, ਮੈਂ ਕੋਈ ਆਪਦੀ ਜਾਨ ਦੀ ਪਰਵਾਹ ਨਹੀਂ ਕਰਦਾ, ਮੈਂ ਆਪਦੇ ਘਰੋਂ ਤੁਰਿਆ ਤੇ ਮੈਂ ਆਪਦੇ ਘਰੇ ਆਪਦੇ ਬੱਚਿਆਂ ਨੂੰ ਕਹਿ ਕੇ ਪੁੱਤ ਮੈਂ ਸ਼ਹੀਦ ਹੋ ਕੇ ਤਾਂ ਆ ਸਕਦਾ ਪਰ ਮੈਂ ਇੱਦਾਂ ਵਾਪਸ ਨਹੀਂ ਆਵਾਂਗਾ। ਆਹ ਕਿੱਥੋਂ ਖੋ ਕੇ ਲਿਆਏ? ਉਹਨਾਂ ਦੇ ਪੁਲਿਸ ਵਾਲਿਆਂ ਦੇ ਛਿੱਤਰ ਮਾਰ ਕੇ ਬਾਈ ਜੀ ਇੱਦਾਂ ਨਹੀਂ ਖੋਲਿਆ ਵੀ ਹਾਂ ਡਿੱਗਿਆ ਪਿਆ ਮੈਂ ਚੱਕ ਲਿਆ, ਕੁੱਟ ਕੇ ਥੱਲੇ ਪਾ ਕੇ ਆ ਉਹਦੇ ਮਾਸਕ ਉਹਦੇ ਮੂੰਹ ਤੋਂ ਲਾ ਕੇ ਤੇ ਆ ਉਹਦੇ ਤੋਂ ਖੋ ਕੇ ਲਿਆ। ਹੈਲਮਟ ਮੈਂ ਲਿਆ ਨਹੀਂ ਕਿਉਂਕਿ ਹੈਲਮਟ ਮੇਰੇ ਗੁਰੂ ਨੇ ਆਵੇ ਮੈਨੂੰ ਦਿੱਤਾ। ਬਿਲਕੁਲ ਬੈਰੀਕੇਡ ਦੇ ਕੋਲੇ ਜਾਂ ਖੇਤਾਂ ਕੋਲੇ ਜਾ ਕੇ ਆਇਆ ਬਾਈ ਜੀ, ਬੈਰੀਕੇਡ ਪਾਰ ਕਰਕੇ ਆ ਗਏ ਸੀ, ਪਾਰ ਕਰਕੇ ਅੱਗੇ ਆ ਗਏ ਸੀ ਤੇ ਪਰ ਮੈਂ ਇਹ ਕਹਿੰਦਾ ਬਾਈ ਜੀ ਮੇਰੇ ਪੰਜਾਬ ਦੇ ਮੇਰੇ ਵੀਰ ਪਿੱਛੇ ਨਾ ਜਾਓ, ਮੇਰੇ ਵੀਰੋ ਜ਼ਿੰਦਗੀ ਵਾਰ ਵਾਰ ਨਹੀਂ ਆਉਂਦੀ, ਇੱਕ ਵਾਰ ਹੀ ਆਉਂਦੀ ਹੈ ਨਾ, ਜੇ ਇੱਥੇ ਮਰਾਂਗੇ ਤਾਂ ਸ਼ਹੀਦ ਲਿਖਾਂਗੇ, ਘਰੇ ਮਰਾਂਗੇ ਤਾਂ ਤੁਹਾਡੇ ਪਰਿਵਾਰ ਨੇ ਵੀ ਤੁਹਾਨੂੰ ਭੋਗ ਤੋਂ ਬਾਅਦ ਨਹੀਂ ਯਾਦ ਕਰਨਾ। ਇਹ ਜੋਸ਼ ਹੈ ਜੀ, ਇਹ ਕਿਸਾਨ ਵੇਖੋ ਕਿ ਕਹਿੰਦੇ